ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਦੀ ਜ਼ਮਾਨਤ ਇੱਕ ਵਾਰ ਫੇਰ ਟਲ ਗਈ ਹੈ। ਇਸ ਮਾਮਲੇ ਤੇ ਕੋਰਟ ਵਿੱਚ ਅਗਲੀ ਸੁਣਵਾਈ ਹੁਣ 11 ਜਨਵਰੀ ਨੂੰ ਤੈਅ ਹੋਏਗੀ। ਕਾਬਲੇ ਜ਼ਿਕਰ ਹੈ ਕਿ ਇੱਕ ਵੱਡੇ ਅਫਸਰ ਦੀ ਧੀ ਵਰੁਣਿਕਾ ਕੁੰਡੂ ਦੀ ਸ਼ਿਕਾਇਤ ਤੇ ਵਿਕਾਸ ਬਰਾਲਾ ਅਤੇ ਉਸ ਦੇ ਦੋਸਤਾਂ ਨੂੰ ਪਿੱਛਾ ਕਰਨ ਅਤੇ ਛੇੜਖਾਨੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵਿਕਾਸ ਬਰਾਲਾ ਅਦਾਲਤ ਤੋਂ ਜ਼ਮਾਨਤ ਮੰਗ ਰਹੇ ਸਨ, ਪਰ ਹਾਲੇ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ। ਉੱਧਰ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਜਾਰੀ ਹੈ ਅਤੇ ਹਾਈਕੋਰਟ ਨੇ ਉੱਧਰ ਵਰੁਣਿਕਾ ਕੁੰਡੂ ਅਤੇ ਉਸਦੇ ਪਿਤਾ ਦੀ ਕਾਲ ਡਿਟੇਲ ਵੀ ਮੰਗਵਾ ਲਈ ਹੈ ਅਤੇ ਅਗਲੀ ਪੇਸ਼ੀ ਤੱਕ ਕੋਰਟ ਨੂੰ ਕਾਲ ਡਿਟੇਲ ਪੇਸ਼ ਕਰਨ ਦੇ ਹੁਕਮ ਦਿੱਤੇ ਨੇ।